ਅੱਜ ਦੇਰ ਰਾਤ ਨੂੰ ਗੱਲ ਕਰ ਲਈਏ ਤਾਂ ਲਾਲਜੀਤ ਸਿੰਘ ਭੁੱਲਰ ਨੂੰ ਜਿਹੜੇ ਮਿਨਿਸਟਰ ਨੇ ਉਹ ਦਾਣਾ ਮੰਡੀਆਂ ਦੇ ਵਿੱਚ ਦੌਰਾ ਕਰ ਰਹੇ ਨੇ ਔਰ ਲਗਾਤਾਰ ਜਿਹੜਾ ਇੱਥੇ ਦੌਰਾ ਕਰ ਰਹੇ ਨੇ ਔਰ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਮਿਲ ਰਹੇ ਨੇ ਇਹ ਤਸਵੀਰਾਂ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੀਆਂ ਔਰ ਇਹਨਾਂ ਦੇ ਨਾਲ ਜਿੰਨੇ ਕਿਸਾਨ ਨੇ ਸਾਰਿਆਂ ਦੀ ਜਿਹੜੀ ਆ ਮੁਲਾਕਾਤ ਇੱਥੇ ਕੀਤੀ ਜਾ ਰਹੀ ਹੈ ਔਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਦੇ ਦਿਓ ਕਿਸ ਤਰੀਕੇ ਨਾਲ ਦੇ ਦਿਓ ਜੀ ਅੱਜ ਕਿਸਾਨਾਂ ਨਾਲ ਤੁਹਾਡੀ ਗੱਲਬਾਤ ਹੋਈ ਆ ਮੰਡੀਆਂ ਦੇ ਵਿੱਚ ਤੁਸੀਂ ਆ ਰਹੇ ਹੋ ਰਾਤ ਨੂੰ ਕੱਲ੍ਹ ਰਾਤ ਹੀ ਤੁਸੀਂ ਮੰਡੀਆਂ 'ਚ ਸੀ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਜਿਹੜੇ ਕਿਤੇ ਨਾ ਕਿਤੇ ਘਾਬੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਕਿ ਜਿਹੜਾ ਝੋਨਾ ਜਿਹੜਾ ਚੁੱਕਿਆ ਜਾਊਗਾ ਜਾਂ ਨਹੀਂ ਵੇਖੋ ਕਈ ਲੋਕਾਂ ਨੇ ਨਾ ਗੁੰਮਰਾਹ ਕੀਤਾ ਵੀ ਜਿਹੜਾ ਹਾਈਬ੍ਰਿਡ ਵਰਾਇਟੀ ਆ 126-7301 ਜਾਂ 110 ਇਹ ਵਰਾਇਟੀਆਂ ਜਿਹੜੀਆਂ ਚੁੱਕੀਆਂ ਨਹੀਂ ਜਾਣੀਆਂ ਜੇ ਵਿਕਣਗੀਆਂ ਤਾਂ ਘੱਟ ਲਾ ਕੇ 200-300 ਦਾ ਵਿਕਣਗੀਆਂ ਪਰ ਸਾਡੇ ਜਿਹੜੇ ਸ਼ੇਲਰਾਂ ਵਾਲੇ ਭਰਾ ਆ ਨਾ ਉਹਨਾਂ ਨੂੰ ਪਤਾ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਆ ਕਿਸਾਨਾਂ ਨੂੰ ਅੱਗੇ ਹੀ ਘਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਕਈ ਤਰ੍ਹਾਂ ਦੇ ਖਰਚੇ ਪੈਂਦੇ ਆ ਪੂਰੇ ਰੇਟ ਤੇ 2320 ਰੁਪਏ ਰੇਟ ਆ ਤੇ ਸਾਡੇ ਸ਼ੇਲਰ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ 2320 ਦੇ ਹਿਸਾਬ ਨਾਲ ਬਿਨਾਂ ਕਿਸੇ ਘੱਟ ਤੋਂ ਪੂਰੇ ਰੇਟ ਤੇ ਝੋਨਾ ਚੁੱਕਿਆ ਗਿਆ ਬਾਕੀ ਸਾਡਾ ਇਲਾਕਾ ਜਿਹੜਾ ਨਾ ਇਹ ਮਾਝਾ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਇੱਥੇ ਵੈਸੇ ਹੀ ਗੁਰੂ ਦੀ ਬੜੀ ਕਿਰਪਾ ਆ ਮੈਂ ਜਿਹੜਾ ਸ਼ਾਮਾਂ ਨੂੰ ਆਉਣਾ ਨਾ ਵੱਡਾ ਕਾਰਨ ਇਹ ਆ ਦਿਨੇ ਲੱਗੀਆਂ ਹੁੰਦੀਆਂ ਕੰਬਾਈਨਾਂ ਬਹੁਤੇ ਕਿਸਾਨ ਹੁੰਦੇ ਖੇਤਾਂ 'ਚ ਤੇ ਮੈਨੂੰ ਇਹ ਹੁੰਦਾ ਵੀ ਸ਼ਾਮਾਂ ਨੂੰ ਸਾਰੇ ਮੰਡੀ ਹੋਣਗੇ ਸਾਰਿਆਂ ਨੂੰ ਮਿਲਾਂਗੇ ਜੇ ਕਿਸੇ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਜਾਂ ਕਿਸੇ ਦੀ ਢੇਰੀ ਨਹੀਂ ਤੁਲਦੀ ਜਾਂ ਕਿਤੇ ਬਾਰਦਾਣਾ ਨਹੀਂ ਮਿਲਦਾ ਤੇ ਸਾਰੇ ਭਰਾਵਾਂ ਨੂੰ ਸ਼ਾਮਾਂ ਨੂੰ ਮਿਲਾਂਗੇ ਦਿਨੇ ਦੇ ਮੰਡੀ ਦੇ ਵਿੱਚ ਜਿਹੜਾ ਰਾਖੀ ਕਰਨ ਵਾਲਾ ਵੀ ਹੈ ਨਾ ਭਰਾ ਉਹ ਵੀ ਆਪਦੇ ਕੰਮ ਵੇਖੋ ਉਹ ਪੋਜੀਸ਼ਨ ਪਾਰਟੀਆਂ ਜਿੰਨੀਆਂ ਵੀ ਹਰ ਬੰਦੇ ਨੂੰ ਹੱਕ ਆ ਉਹ ਆਪਦਾ ਜਾ ਕੇ ਲੋਕਾਂ ਨੂੰ ਮਿਲੇ ਇਹਦੇ 'ਚ ਵੇਖੋ ਸਰਕਾਰੀ ਜਗ੍ਹਾ ਲੋਕਾਂ ਨੂੰ ਹਰ ਬੰਦਾ ਰਾਬਤਾ ਕਰ ਸਕਦਾ ਮਿਲ ਸਕਦਾ ਕੋਈ ਕਿਸੇ ਨੂੰ ਰੋਕ ਥੋੜਾ ਸਕਦਾ ਬਾਕੀ ਮੈਂ ਮੇਰਾ ਮੇਨ ਮਕਸਦ ਇਹ ਹੁੰਦਾ ਸ਼ਾਮਾਂ ਨੂੰ ਆਉਂਦਾ ਵੀ ਜਦੋਂ ਕਿਸਾਨ ਸਾਡੇ ਭਰਾ ਦਿਨੇ ਰਾਖੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਰਾਤ ਨੂੰ ਕਈ ਵਾਰ ਚੋਰ ਚੱਕੇ ਪੈਂਦੇ ਆ ਢੇਰੀਆਂ ਤੋਂ ਦਾਣੇ ਚੁੱਕਣ ਜਾਂ ਤੋੜੇ ਚੁੱਕਣ ਦਿਨੇ ਇਹੋ ਜਿਹਾ ਕੋਈ ਖਤਰਾ ਨਹੀਂ ਹੁੰਦਾ ਦਿਨੇ ਸਾਰੇ ਆਪਦੇ ਕੰਮਾਂ ਕਾਰਾਂ ਨੂੰ ਕਿਸਾਨ ਚਲ ਜਾਂਦੇ ਆ ਜਾਂ ਕੋਈ ਕੰਬਾਈਨਾਂ ਲੱਗ ਜਾਂਦੀਆਂ ਆਪਦੇ ਖੇਤਾਂ 'ਚ ਝੋਨਾ ਕੱਟਣ ਲਈ ਚਲ ਜਾਂਦੇ ਆ ਸ਼ਾਮਾਂ ਨੂੰ ਸਾਰੇ ਕਿਸਾਨ ਇੱਥੇ ਇੱਕ ਤਾਂ ਆਪਦੀ ਢੇਰੀ ਦੀ ਰਾਖੀ ਕਰਨੀ ਹੁੰਦੀ ਆ ਦੂਜੇ ਨੰਬਰ 'ਤੇ ਹਰ ਕਿਸਾਨ ਨੂੰ ਹੁੰਦਾ ਵੀ ਮੇਰਾ ਤੋਲ ਲੱਗਾ ਮੈਂ ਉੱਥੇ ਜਾਵਾਂ ਜਾਂ ਦੂਜੇ ਦਾ ਤੋਲ ਲੱਗਾ ਮੈਂ ਆਪਦਾ ਜਾ ਕੇ ਤੋਲ ਲਵਾਵਾਂ ਵੀ ਰੋਟੀ ਪਾਣੀ ਖਾ ਕੇ ਸਾਡੇ ਭਰਾ ਹੁਣ ਤਕਰੀਬਨ ਹੀ ਕਿਸਾਨ ਆਪਦੀਆਂ ਢੇਰੀਆਂ 'ਤੇ ਆ ਗਏ ਆ ਤਾਂ ਹੀ ਸ਼ਾਮਾਂ ਨੂੰ ਆਈਦਾ ਵੀ ਸਾਰਿਆਂ ਨਾਲ ਮਿਲ ਸਕੀਏ ਤੇ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਮੁਸ਼ਕਲਾਂ ਹੱਲ ਕਰ ਸਕੀਏ ਸਟਬਲ ਬਰਨਿੰਗ ਨੂੰ ਲੈ ਕੇ ਕਈ ਵਾਰ ਜਿਹੜੀਆਂ ਪੰਜਾਬ 'ਚ ਦਿੱਕਤਾਂ ਆਉਂਦੀਆਂ ਨੇ ਔਰ ਇਸੇ ਤਰੀਕੇ ਨਾਲ ਤੁਹਾਡਾ ਪੱਟੀ ਹਲਕਾ ਜਿੱਥੇ ਦੱਸਿਆ ਜਾ ਰਿਹਾ ਕਿ ਇਸ ਵਾਰ ਸਟਬਲ ਬਰਨਿੰਗ ਜਿਹੜੀ ਕਿਸਾਨਾਂ ਵੱਲੋਂ ਨਹੀਂ ਕੀਤੀ ਗਈ ਇਸ 'ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਨੂੰ ਅਵੇਅਰ ਕੀਤਾ ਕਿ ਪੰਜਾਬ 'ਚ ਪੱਟੀ ਅਜਿਹਾ ਹਲਕਾ ਹੋਏਗਾ ਜਿੱਥੇ ਬਹੁਤ ਘੱਟ ਜਿਹੜੀ ਹੈ ਸਟਬਲ ਬਰਨਿੰਗ ਹੋਈ ਹੈ ਦੇਖੋ ਸਾਡੇ ਇਲਾਕੇ 'ਚ ਨਾ ਪਹਿਲਾਂ ਵੀ ਅੱਗ ਬਹੁਤ ਘੱਟ ਲੱਗਦੀ ਹੈ ਮੈਂ ਆਪ ਹੱਥੀਂ ਖੇਤੀ ਕਰਦਾ ਅਤੇ ਮੈਂ ਲਗਭਗ 8 ਸਾਲ ਹੋ ਗਏ ਆ ਕਦੀ ਵੀ ਆਪਦੀ ਜ਼ਮੀਨ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਕਣਕ ਦੇ ਨਾੜ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਈ ਕਦੀ ਵੀ ਝੋਨਾ ਕੱਟਣ ਤੋਂ ਬਾਅਦ ਪਰਾਲੀ ਦੀ ਰਹਿੰਦ ਖੂੰਹਦ ਨੂੰ ਵੀ ਅੱਗ ਨਹੀਂ ਲਾਈ ਅਸੀਂ ਇਹ ਜਾਂ ਤਾਂ ਵਿੱਚੇ ਵਾਹ ਕੇ ਵਿੱਚੇ ਖਪਾ ਕੇ ਪੈਲੀ ਦੇ ਵਿੱਚ ਹੀ ਵਾਹ ਕੇ ਆਪਦੀ ਫਸਲ ਗਾਹ ਅਗਲੀ ਬੀਜਦੇ ਹਾਂ ਜਾਂ ਆ ਬੇਲਰ ਦੇ ਨਾਲ ਗੱਠਾਂ ਬੰਨ੍ਹ ਕੇ ਬਾਹਰ ਕੱਢ ਕੇ ਫਿਰ ਕਣਕ ਦੀ ਬਿਜਾਈ ਕੀਤੀ ਜਾਂਦੀ ਆ ਅਤੇ 2-3 ਕੁਇੰਟਲ ਝੋਨਾ 2-3 ਕੁਇੰਟਲ ਕਣਕ ਵੱਧ ਨਿਕਲਦੀ ਆ ਦੂਜੇ ਨੰਬਰ 'ਤੇ ਕੀੜੇ ਮਾਰ ਦਵਾਈਆਂ ਦੀਆਂ ਵੀ ਸਪਰੇਆਂ ਨਹੀਂ ਕਰਨੀਆਂ ਪੈਂਦੀਆਂ ਨਾ ਜਿਹੜਾ ਵਿੱਚ ਨਦੀਨ ਉੱਗਦੇ ਆ ਨਾ ਉਹਨਾਂ ਦੀ ਸਪਰੇ ਕਰਨੀ ਪੈਂਦੀ ਆ ਯੂਰੀਆ ਵੀ ਜਿੱਥੇ 3-4 ਬੋਰੀਆਂ ਪੈਣੀਆਂ ਉੱਥੇ 1-1.5 ਬੋਰੀ ਨਾਲ ਹੀ ਸਰ ਜਾਂਦਾ ਝਾੜ ਵੀ ਵੱਧ ਉਹ ਸਿਆਣੇ ਕਹਿੰਦੇ ਨਾਲੇ ਪੁੰਨ ਨਾਲੇ ਫਲੀਆਂ ਇੱਕ ਤਾਂ ਧਰਤੀ ਨੂੰ ਅੱਗ ਨਾ ਲਾਈ ਦੂਜੇ ਨੰਬਰ 'ਤੇ ਝਾੜ ਵੀ ਵੱਧ ਨਿਕਲਿਆ ਖਰਚਾ ਵੀ ਘੱਟ ਹੋਇਆ ਜਦੋਂ ਯੂਰੀਆ ਘੱਟ ਪੈਂਦੀ ਆ ਫਿਰ ਬਿਮਾਰੀ ਵੀ ਘੱਟ ਪੈਂਦੀ ਆ ਅਤੇ ਜਦੋਂ ਬਿਮਾਰੀ ਘੱਟ ਪੈਣੀ ਆ ਫਿਰ ਸਪਰੇ ਵੀ ਘੱਟ ਕਰਨੀ ਪੈਣੀ ਆ ਜ਼ਹਿਰ ਦੀ ਮਾਤਰਾ ਵੀ ਫਸਲ 'ਚ ਘੱਟ ਆਉਂਦੀ ਆ ਅਤੇ ਦੂਜੇ ਨੰਬਰ 'ਤੇ ਮੈਂ ਕਿਸਾਨਾਂ ਨੂੰ ਇਹ ਵੀ ਅਪੀਲ ਕਰੂੰਗਾ ਕਿਸਾਨਾਂ ਨੂੰ ਵੀ ਅਤੇ ਨਾਲ ਜਿਹੜੇ ਦੁਕਾਨਦਾਰ ਆ ਵਪਾਰੀ ਵੀ ਯਾਰ ਸਾਰੇ ਜਣੇ ਆਪਾਂ ਘੱਟੋ ਘੱਟ 2-2-3-3 ਪਸ਼ੂ ਦੁੱਧ ਪੀਣ ਨੂੰ ਘਰੇ ਜ਼ਰੂਰ ਰੱਖੀਏ ਹੁਣ ਇੱਕ ਤਾਂ ਅੱਗ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾਂਦਾ ਇੱਕ 25% ਦੁੱਧ ਸਿਰਫ ਆਪਾਂ ਮੱਝਾਂ ਗਾਵਾਂ ਰਾਹੀਂ ਪੈਦਾ ਕਰਦੇ ਹਾਂ ਬਾਕੀ 75% ਨਕਲੀ ਦੁੱਧ ਪੈਦਾ ਹੁੰਦੇ ਆ ਅਤੇ ਉਹ ਆਪਾਂ ਘਰਾਂ 'ਚ ਹੀ ਪੀਂਦੇ ਹਾਂ ਵੇਖੋ ਸਭ ਤੋਂ ਵੱਡੀ ਜ਼ਿਆਦਾ ਤਾਂ ਆਪਣੇ ਬੱਚੇ ਅਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਦੁੱਧ ਹੀ ਨਾ ਪਿਆ ਸਕੇ ਨਕਲੀ ਦੁੱਧ ਪਿਆ ਅਤੇ ਉਹਦਾ ਆਪਣਾ ਮਿਹਨਤ ਕੀਤੀ ਦਾ ਜਾਇਦਾਦ ਬਣਾਈ ਦਾ ਕੀ ਫਾਇਦਾ ਆ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂੰਗਾ ਭਾਵੇਂ ਆੜ੍ਹਤੀਏ ਨੇ ਵਪਾਰੀ ਨੇ ਦੁਕਾਨਦਾਰ ਨੇ ਕਿਸਾਨਾਂ ਨੂੰ ਵੀ ਹੁਣ ਬਹੁਤੇ ਕਿਸਾਨ ਇਵੇਂ ਦੇ ਆ ਜਿਹੜੇ ਨਾ ਹੁਣ ਆਪਦੀਆਂ ਜ਼ਮੀਨਾਂ 'ਚ ਖੇਤੀ ਤਾਂ ਕਰਦੇ ਆ ਪਰ ਪਸ਼ੂ ਨਹੀਂ ਰੱਖੇ ਉਹ ਦੁੱਧ ਡੇਰੀ ਤੋਂ ਲੈ ਜਾਂਦੇ ਡਿੱਗੀ ਫੜ ਕੇ ਮੈਂ ਬੇਨਤੀ ਕਰੂੰਗਾ ਹਰ ਕਿਸਾਨ ਨੂੰ ਵੀ ਯਾਰ ਘਰ ਪੀਣ ਜੋਗੇ 2-3 ਪਸ਼ੂ ਜ਼ਰੂਰ ਰੱਖੋ ਦੁੱਧ ਪੀਣ ਜੋਗੇ ਘਰ ਦਾ ਤੁਹਾਡਾ ਦੁੱਧ ਹੋਵੇ ਤੁਹਾਡੇ ਬੱਚੇ ਤਗੜੇ ਹੋਣ ਤੁਹਾਡਾ ਪਰਿਵਾਰ ਤਗੜਾ ਹੋਵੇ ਫਾਇਦਾ ਕੀ ਆਪਣੀ ਕਮਾਈ ਕੀਤੀ ਦਾ ਜਾਇਦਾਦ ਬਣਾਈ ਦਾ ਜੇ ਸਾਡੇ ਬੱਚਿਆਂ ਨੇ ਨਕਲੀ ਜ਼ਹਿਰੀਲਾ ਦੁੱਧ ਪੀਣਾ ਮੈਂ ਇਹੋ ਬੇਨਤੀ ਕਰੂੰਗਾ
ਵੀ ਆਪਾਂ ਕੁਦਰਤ ਨਾਲ ਜੁੜੀਏ, ਕੁਦਰਤ ਨਾਲ ਜੁੜਾਂਗੇ ਤਾਂ ਕੁਦਰਤ ਤੁਹਾਨੂੰ ਪਿਆਰ ਕਰੂਗੀ, ਜੇ ਕੁਦਰਤ ਦੇ ਖਿਲਾਫ ਚੱਲਾਂਗੇ ਤਾਂ ਕੁਦਰਤ, ਜਿਵੇਂ ਅੱਗੇ ਕੋਰੋਨਾ ਵਾਇਰਸ ਬਿਮਾਰੀ ਆਈ ਸੀ ਉਹ ਵੀ ਆਪਾਂ ਕੁਦਰਤ ਨਾਲ ਖਿਲਵਾੜ ਕੀਤਾ ਤੇ ਇਹੋ ਜਿਹੀਆਂ ਬਿਮਾਰੀਆਂ ਤਾਂ ਹੀ ਆਉਂਦੀਆਂ। ਲਿਫਟਿੰਗ ਦੀ ਗੱਲ ਕਰ ਲਈਏ ਤਾਂ ਪਿੱਛੇ ਵੀ ਅਸੀਂ ਦੇਖ ਰਹੇ ਟਰੱਕ ਲੱਗੇ ਲਿਫਟਿੰਗ, ਕਈ ਵਿਰੋਧੀ ਜਿਹੜੇ ਨੇ ਐਲੀਗੇਸ਼ਨ ਆਉਂਦੇ ਕਿ ਲਿਫਟਿੰਗ ਨਹੀਂ ਹੋ ਰਹੀ ਮੰਡੀਆਂ 'ਚ, ਕਈ ਤਰੀਕੇ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਾਰ, ਕਿਸ ਤਰ੍ਹਾਂ ਦੇਖਦੇ ਹੋ? ਵੇਖੋ ਲਿਫਟਿੰਗ ਤਾਂ ਹੁੰਦੀ ਹੈ ਧੜਾਧੜ, ਜਿਹੜਾ ਇੱਕ ਵੱਡਾ ਕਾਰਨ ਬਣਿਆ ਜਦੋਂ 2020 'ਚ ਨਰਿੰਦਰ ਮੋਦੀ ਨੇ BJP ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਸੀ, ਉਦੋਂ ਸਾਡੇ ਕਿਸਾਨ ਵੀਰਾਂ ਨੇ, ਸਮੂਹ ਪੰਜਾਬੀਆਂ ਨੇ ਅਤੇ ਸਾਰੇ ਭਾਰਤ ਦਾ ਇਹ ਅੰਦੋਲਨ ਬਣ ਗਿਆ, ਮੁੜ ਕੇ ਸਾਰੀ ਦੁਨੀਆ ਤੋਂ ਲੋਕ ਆਉਣ ਲੱਗ ਪਏ ਜਦੋਂ ਮੋਦੀ ਦੀ ਧੌਣ 'ਤੇ ਗੋਡਾ ਰੱਖਿਆ ਅਤੇ ਉਹਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ, ਉਹਦਾ ਕਰਕੇ ਮੋਦੀ ਸਾਡੇ ਪੰਜਾਬ ਵੱਲੇ ਟੇਢੀ ਨਿਗਾਹ ਵੇਂਹਦਾ, ਸਾਡੇ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰਦਾ। ਉਸੇ ਏਵੇਜ ਦੇ ਵਿੱਚ ਜਿਹੜੀ ਕਣਕ ਅਤੇ ਚੌਲਾਂ ਦੀ ਸਾਡੀ ਫਸਲ ਆ, ਉਹ ਅਗਲੀ ਫਸਲ ਆਉਣ ਤੋਂ ਪਹਿਲਾਂ ਦੂਜੀਆਂ ਸਟੇਟਾਂ ਨੂੰ ਜਾਂ ਦੂਜੇ ਦੇਸ਼ਾਂ ਨਾਲ ਸੌਦਾ ਕਰਕੇ ਇੱਥੋਂ ਸਾਰੀ ਲਿਫਟਿੰਗ ਕਰਕੇ ਸਪੈਸ਼ਲਾਂ ਲਾ ਕੇ ਦੂਜੀਆਂ ਸਟੇਟਾਂ ਨੂੰ ਭੇਜਣੀ ਹੁੰਦੀ ਆ, ਅਤੇ ਮੋਦੀ ਨੇ ਜਾਣ ਬੁੱਝ ਕੇ ਸਾਡੇ ਪੰਜਾਬ 'ਚ ਜਿੱਥੇ ਇੱਕ ਮਹੀਨੇ ਦੀਆਂ 15 ਜਾਂ 20 ਸਪੈਸ਼ਲਾਂ ਲੱਗਣੀਆਂ ਹੁੰਦੀਆਂ, ਉਹ ਸਿਰਫ ਜਿਵੇਂ ਕਹਿ ਲਓ ਵੀ ਕੰਮ ਸਾਰੂ ਤਰੀਕਾ ਅਪਣਾਇਆ, ਹਰ ਮਹੀਨੇ 3 ਜਾਂ 4 ਸਪੈਸ਼ਲ ਆਈਆਂ, ਜਿਹਦਾ ਕਰਕੇ ਸਾਡੇ ਅਜੇ ਜਿਹੜੇ ਗਡਾਊਨ ਉਹ ਫੁੱਲ ਹੋਏ ਪਏ ਆ, ਕਵਰਡ ਗਡਾਊਨ ਦੇ ਵਿੱਚ ਕੋਈ ਸਪੇਸ ਨਹੀਂ ਹੈਗੀ, ਛੇਲਰਾਂ ਵਾਲੇ ਡਰਦੇ ਸੀ ਵੀ ਜੇ ਅਸੀਂ ਚੌਲ ਛੱਡ ਲਿਆ ਤੇ ਮੁੜ ਕੇ ਲਾਵਾਂਗੇ ਕਿੱਥੇ, ਜੇ ਜਿਹਦੇ ਡਰ ਕਰਕੇ। ਪਰ ਸਾਡੇ ਪੱਤੀ ਹਲਕੇ ਦੇ ਭਰਾਵਾਂ ਨੇ ਬੜਾ ਸਾਥ ਦਿੱਤਾ, ਬਾਕੀ BJP ਸਰਕਾਰ ਨੂੰ, ਨਰਿੰਦਰ ਮੋਦੀ ਨੂੰ ਇਹ ਸੋਚਣਾ ਤੇ ਸਮਝਣਾ ਚਾਹੀਦਾ ਵੀ ਜਿੰਨੇ ਵੀ ਪੰਜਾਬ ਨਾਲ ਮੱਥਾ ਲਾਇਆ, ਸਿੱਖ ਕੌਮ ਨਾਲ ਮੱਥਾ ਲਾਇਆ, ਉਹਦਾ ਅੰਤ ਹੋ ਗਿਆ। ਇਹ ਪੰਜਾਬੀਆਂ ਨਾਲ, ਸਿੱਖ ਕੌਮ ਨਾਲ ਇਹ ਮੱਥਾ ਲਾ ਕੇ ਬੈਠਾ ਤੇ ਇਤਿਹਾਸ ਆ, ਜਿੰਨੇ ਵੀ ਪੰਜਾਬ ਨਾਲ ਪੰਗਾ ਲਿਆ ਉਹਦਾ ਅੰਤ ਹੋਇਆ। ਮੋਦੀ ਨੂੰ ਖਿਲਵਾੜ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੇ ਜਜ਼ਬਾਤਾਂ ਨਾਲ, ਆੜ੍ਹਤੀਆਂ ਅਤੇ ਛੇਲਰ ਵਾਲਿਆਂ ਦੇ ਜਜ਼ਬਾਤਾਂ ਨਾਲ। ਆਹ ਖਿਲਵਾੜ ਹੀ ਆ, ਜਦੋਂ ਇੱਥੋਂ ਜਿਹੜੀ ਫਸਲ ਖਰੀਦੀ ਆ ਇਹ ਤਾਂ ਪਾਲਿਸੀ ਆ ਸੈਂਟਰ ਦੀ ਵੀ ਪਹਿਲੀ ਫਸਲ ਅਗਲੀ ਫਸਲ ਆਉਣ ਤੋਂ ਪਹਿਲਾਂ ਪਹਿਲਾਂ ਚੁੱਕਣੀ ਹੁੰਦੀ ਹੈ ਸਾਰੀ, ਅਤੇ ਇਹਨਾਂ ਨੇ ਲਗਭਗ 2 ਸਾਲਾਂ ਦੀ ਫਸਲ, ਸਾਡੇ ਇੱਥੇ ਸੋਮਾ ਗੋਦਾਮ ਆ, ਕਵਰਡ ਗੋਦਾਮ 55 ਲੱਖ ਬੋਰੀ ਦੀ ਸਪੇਸ ਆ ਉੱਥੇ, 55 ਲੱਖ ਬੋਰੀ 'ਚੋਂ ਅਜੇ ਲੱਗਦਾ ਵੀ ਸਿਰਫ 10 ਲੱਖ ਬੋਰੀ ਦੀ ਲਿਫਟਿੰਗ ਹੋਈ ਹੋਊਗੀ ਜਿਹੜੀ ਸਪੈਸ਼ਲਾਂ ਰਾਹੀਂ ਬਾਹਰ ਗਈ ਆ, ਬਾਕੀ 45 ਲੱਖ ਬੋਰੀ ਉਸੇ ਤਰ੍ਹਾਂ ਪਈ ਆ। ਆਹ ਹੁਣ ਚੌਲ 80-90 ਲੱਖ ਤੋੜਾ ਸਾਡੇ ਪੱਟੀ ਹਲਕੇ ਦਾ ਹੀ ਆ, ਉਹਦੇ ਬਾਅਦ 5-6 ਮਹੀਨਿਆਂ ਬਾਅਦ ਕਣਕ ਵੀ ਆ ਜਾਣੀ ਆ, ਅਤੇ ਉਹ ਕਣਕ ਕਿੱਥੇ ਕਰਨੀ ਆ ਸਟੋਰ? ਇਹ ਜਿਹੜੀ ਮੋਦੀ ਨੇ ਸਾਡੇ ਨਾਲ ਘਨੌਣੀ ਚਾਲ ਖੇਡੀ ਆ ਪੰਜਾਬ ਦੇ ਨਾਲ, ਇਹ ਉਹਨੂੰ ਮਹਿੰਗੀ ਪਊਗੀ। ਪੰਜਾਬ ਦੇ ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਸਾਰਾ ਪਤਾ ਵੀ ਆਮ ਆਦਮੀ ਪਾਰਟੀ, ਸਰਦਾਰ ਭਗਵੰਤ ਸਿੰਘ ਮਾਨ, ਸ਼੍ਰੀ ਅਰਵਿੰਦ ਕੇਜਰੀਵਾਲ ਲੋਕ ਤਾਂ ਅਸੀਂ ਨੇ, ਮਜ਼ਦੂਰਾਂ ਦੀ, ਕਿਸਾਨਾਂ ਦੀ, ਆੜ੍ਹਤੀਆਂ ਦੀ, ਛੇਲਰਾਂ ਵਾਲਿਆਂ ਦੀ ਢਾਲ ਨੇ ਅਤੇ ਲੋਕਾਂ ਦੇ ਨਾਲ ਖੜੇ।